ਜਿਹਨੂੰ ਪੁੱਛਿਆ ਜੇ ਸਾਹਮਣੇ ਜੋ ਗੱਲ ਕੀਤੀ ਉਹ ਬੰਦਾ ਉੱਥੇ ਕੋਲ ਖੜਾ ਸੀ। ਚਲੋ ਜੀ ਮੈਨੂੰ ਨਹੀਂ ਪਤਾ ਸੀਗਾ ਮਾਨ ਕੌਣ ਹੈ ਤੇ ਮੈਂ ਤੈਨੂੰ ਪਤਾ ਨਹੀਂ ਤੂੰ ਇੱਥੇ ਘੰਟਾ ਰਹਿਣਾ ਹੈ ਤੂੰ ਬਵਾਸ ਨਾ ਕਰ थप्पड़ मारन की भी गल आख रहे हैं। जोगिंदर सिंह मान साबका मंत्री भी रह चुके हैं। की है पूरा मामला आओ इस ऑडियो विच सुन दे। ਜਗਿੰਦਰ ਸਿੰਘ ਮਾਨ ਦਾ ਤੈਨੂੰ ਨੀ ਪਤਾ ਮੈਂ ਕੌਣ ਆ? ਮੇਰੇ ਸਟੇਸ਼ਨ ਦਾ ਨੀ ਪਤਾ ਤੈਨੂੰ? ਨਹੀਂ ਮੈਂ ਕੀ ਕੀਤਾ ਜੀ ਉਹਨੂੰ ਕਿਹਾ ਤੈਨੂੰ ਪੁੱਛਦਾ ਪੜਿਆ ਤੈਨੂੰ ਸ਼ਰਮ ਨੀ ਆਉਂਦੀ ਤੂੰ ਕਿਤੇ ਨਾਲ ਪੁੱਛਦਾ ਵੀ ਮਾਨ ਕੌਣ ਹੈ ਇੱਥੇ? ਕਿਹਨੂੰ ਮੈਂ ਪੁੱਛਿਆ? ਜਿਹਨੂੰ ਪੁੱਛਿਆ ਜੇ ਸਾਹਮਣੇ ਜੋ ਗੱਲ ਕੀਤੀ ਉਹ ਬੰਦਾ ਉੱਥੇ ਕੋਲ ਖੜਾ ਸੀ। ਚਲੋ ਜੀ ਮੈਨੂੰ ਨਹੀਂ ਪਤਾ ਸੀਗਾ ਮਾਨ ਕੌਣ ਹੈ ਤੇ ਮੈਂ ਤੈਨੂੰ ਪਤਾ ਨੀ ਤੂੰ ਇੱਥੇ ਘੰਟਾ ਰਹਿਣਾ ਤੂੰ ਬਵਾਸ ਨਾ ਕਰ ਮਾਨ ਹੋਊਗਾ ਤੂੰ ਆਪਣੇ ਘਰ ਹੋਊਗਾ। ਜਗਿੰਦਰ ਸਿੰਘ ਮਾਨ ਦਾ ਤੈਨੂੰ ਨੀ ਪਤਾ ਮੈਂ ਕੌਣ ਆ? ਮੇਰੇ ਸਟੇਸ਼ਨ ਦਾ ਨੀ ਪਤਾ ਤੈਨੂੰ? ਨਹੀਂ ਮੈਂ ਕੀ ਕੀਤਾ ਜੀ ਉਹਨੂੰ ਕਿਹਾ ਤੈਨੂੰ ਪੁੱਛਦਾ ਬਣਿਆ ਤੈਨੂੰ ਸ਼ਰਮ ਨੀ ਆਈ ਤੂੰ ਕਿਤੇ ਨਾਲ ਪੁੱਛਦਾ ਵੀ ਮਾਨ ਕੌਣ ਹੈ ਇੱਥੇ? ਕਿਹਨੂੰ ਮੈਂ ਪੁੱਛਿਆ? ਜਿਹਨੂੰ ਪੁੱਛਿਆ ਜੇ ਸਾਹਮਣੇ ਜੋ ਗੱਲ ਕੀਤੀ ਉਹ ਬੰਦਾ ਉੱਥੇ ਕੋਲ ਖੜਾ ਸੀ। ਚਲੋ ਜੀ ਮੈਨੂੰ ਨਹੀਂ ਪਤਾ ਸੀਗਾ ਮਾਨ ਕੌਣ ਹੈ ਤੇ ਮੈਂ ਤੈਨੂੰ ਪਤਾ ਨੀ ਤੂੰ ਇੱਥੇ ਘੰਟਾ ਰਹਿਣਾ ਤੂੰ ਬਵਾਸ ਨਾ ਕਰ ਮਾਨ ਹੋਊਗਾ ਤੂੰ ਆਪਣੇ ਘਰ ਹੋਊਗਾ। ਹੈ ਤੂੰ ਚੱਤਰ ਮਾਰੂ ਤੂੰ ਕਿ ਮੇਰੇ ਚੱਤਰ ਮਾਰੂਗਾ? ਨਾ ਲੱਗੇ ਤਾਂ ਪੁੱਛਦਾ ਤੈਨੂੰ ਪਤਾ ਨਹੀਂ ਬਵਾਸ ਕਰਦਾ ਤੂੰ ਲੋੜ ਤੋਂ ਬਾਅਦ ਤੈਨੂੰ ਥੋੜੀ ਦੱਸ ਰਹਾ ਹਾਂ ਸਾਰਾ ਵੀਡੀਓ ਇੱਥੇ ਵੀ ਵੀਡੀਓ ਉੱਥੇ ਵੀ ਵੀਡੀਓ ਹੈ ਤੈਨੂੰ ਇੰਨੀ ਅਕਲ ਨਹੀਂ ਵੀ ਤੂੰ। ਪੰਡਿਤ ਪ੍ਰਦੀਪ ਪੜਿਆਲ ਖਾਨਦਾਨੀ ਜੋਤਿਸ਼ ਸਟਾਰ ਪਲੱਸ ਵਾਲੇ ਜੈਪੁਰ ਰਾਜਸਥਾਨ ਮੁੰਬਈ ਨੰਬਰ 98554-56026 98153-19424 ਫੋਨ ਤੇ ਘਰ ਬੈਠੇ ਤੁਰੰਤ ਪਾਉ ਹਰ ਮੁਸ਼ਕਿਲ ਦਾ ਸਮਾਧਾਨ ਗਰੰਟੀ ਨਾਲ ਤੁਹਾਡਾ ਖੋਇਆ ਹੋਇਆ ਪਿਆਰ ਵਾਪਿਸ ਆ ਸਕਦਾ ਹੈ। ਵਿਆਹ ਚ ਰੁਕਾਵਟ ਦਾ ਹੋਣਾ ਪਤੀ ਤੇ ਪ੍ਰੇਮੀ ਦਾ ਕਹਿਣੇ ਤੋਂ ਬਾਹਰ ਹੋਣਾ ਬਣਦੇ ਬਣਦੇ ਕੰਮਾਂ ਦਾ ਵਿਗੜ ਜਾਣਾ ਲਾਟਰੀ ਨੰਬਰ ਪਾਉ ਸੰਤਾਨ ਦਾ ਨਾ ਹੋਣਾ ਜਾਂ ਫਿਰ ਕਹਿਣੇ ਤੋਂ ਬਾਹਰ ਹੋਣਾ ਫਿਲਮੀ ਤੇ ਰਾਜਨੀਤਿਕ ਕੈਰੀਅਰ ਕੋਰਟ ਕਚਹਿਰੀ ਦੇ ਮਾਮਲੇ ਚ ਰੁਕਾਵਟ ਆਉਣਾ ਮਹਿੰਗੇ ਉਪਾਅ ਕਰਨ ਵਾਲਿਆਂ ਤੋਂ ਰਹੋ ਸਾਵਧਾਨ। ਸਾਡੀ ਪੂਜਾ ਤੋਂ ਕਈ ਲੋਕ ਉਠਾ ਚੁੱਕੇ ਨੇ ਲਾਭ ਹਰ ਮੁਸ਼ਕਿਲ ਦਾ ਹੱਲ ਪਾਉਣ ਲਈ ਇਹਨਾਂ ਨੰਬਰਾਂ ਤੇ ਇੱਕ ਵਾਰ ਜ਼ਰੂਰ ਕਰੋ ਸੰਪਰਕ। ਕੀ ਤੁਹਾਡਾ ਵਿਦੇਸ਼ ਵਿੱਚ ਘੁੰਮਣ ਦਾ ਹੈ ਸੁਪਨਾ? ਕੀ ਤੁਸੀਂ ਵਿਦੇਸ਼ ਵਿੱਚ ਪੜ੍ਹਨਾ ਚਾਹੁੰਦੇ ਹੋ ਜਾਂ ਫਿਰ ਵਿਦੇਸ਼ ਜਾ ਕੇ ਵਸਣ ਦਾ ਹੈ ਇਰਾਦਾ ਜਾਂ ਰਿਫਿਊਜ਼ਲ ਦਾ ਕਰ ਰਹੇ ਹੋ ਸਾਹਮਣਾ ਤਾਂ ਇੱਕ ਹੀ ਭਰੋਸੇਯੋਗ ਨਾਮ ਹੈ SE ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ। ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ, PR ਅਤੇ ਹਰ ਤਰ੍ਹਾਂ ਦੇ ਵੀਜ਼ੇ ਦਾ ਮਾਮਲਾ ਕੈਨੇਡਾ, USA, ਆਸਟ੍ਰੇਲੀਆ, UK ਅਤੇ ਨਿਊਜ਼ੀਲੈਂਡ ਤਾਂ ਤੁਹਾਡਾ ਰਾਹਗੀਰ ਬਣੇਗਾ SE ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ। ਸੰਪਰਕ ਕਰੋ 73407-37362 73407-37369। ਜਦੋਂ ਸਮੱਸਿਆ ਦਾ ਹੈ ਹੱਲ ਫਿਰ ਕਿਉਂ ਹੋ ਪਰੇਸ਼ਾਨ? ਜਿਵੇਂ ਮਨ ਚਾਹਿਆ ਪਿਆਰ, ਪਤੀ ਪਤਨੀ 'ਚ ਅਣਬਣ, ਕਾਲੇ ਜਾਦੂ ਦਾ ਖਾਤਮਾ, ਵਸ਼ੀਕਰਨ, ਲਾਟਰੀ ਨੰਬਰ ਪਾਓ, ਪਿਆਰ ਵਿੱਚ ਧੋਖਾ ਖਾਧੇ ਹੋਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ। ਸੰਪਰਕ ਕਰੋ ਵਿਸ਼ਵਨਾਥ ਤਾਂਤਰੇ। ਤੁਸੀਂ ਸੰਪਰਕ ਕਰ ਸਕਦੇ ਹੋ 90244-70842। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ
जिन्हें मेरा एक कॉन्फिडेंस बिल्ड किया, जिसे लगान नाल मैं मार्केट में बड़ा ही कॉन्फिडेंट हाँ और ये मैं बड़ा फायदा होया। तो मैं सर्वाइकल की भी दिक्कत सी, तो भी मैं बड़ा रिलीफ मिले। यूज़ करो तो मैं प्रैक्टिकल यूज़ कर रहा।